ਉਹਨਾਂ ਨੇ ਇਹਨਾਂ ਨੂੰ ਕਿਹਾ ਸੀਗਾ ਕਿ 100 ਦਿਨਾਂ ਦੇ ਵਿੱਚ ਤੁਹਾਡੇ ਪੈਸੇ ਜਿਹੜੇ ਨੇ ਡਬਲ ਹੋ ਜਾਣਗੇ, ਜਿਸ ਕਰਕੇ ਇਹਨਾਂ ਲੋਕਾਂ ਨੇ ਆਪਣੇ ਪੈਸੇ ਜਿਹੜੇ ਨੇ ਉਸ ਕੰਪਨੀ ਨੂੰ ਦਿੱਤੇ। ਲੇਕਿਨ ਅੱਜ ਉਹ ਕੰਪਨੀ ਜਿਹੜੀ ਹੈ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਹੈਗੀ, ਉਹਨਾਂ ਦੇ ਜਿਹੜੇ ਮੁਲਾਜ਼ਮ ਸੀਗੇ ਉਹ ਸਾਰੇ ਰਫੂ ਚੱਕਰ ਹੋ ਚੁੱਕੇ ਨੇ। ਭੁਪਿੰਦਰ ਸਿੰਘ ਹੈ ਜੀ, ਨਾਲ ਉਹਦੇ ਹਰਵਿੰਦਰ ਸਿੰਘ ਜੱਜ, ਵੀ ਜਿਹੜੇ 100 ਦਿਨਾਂ 'ਚ ਜਿਵੇਂ ਤੁਸੀਂ ਦੱਸਿਆ ਵੀ ਪੈਸੇ ਡਬਲ ਕਰ ਦਿੰਦੇ ਨੇ। ਸੁਪਨੇ ਹੁਣ ਤੁਹਾਨੂੰ ਪਤਾ ਹੀ ਹੈ ਜੀ, ਜਦੋਂ ਬੰਦਾ ਪੈਸੇ ਡਬਲ ਦੇਖਦਾ ਤਾਂ ਉਹਦਾ ਸੁਪਨਾ ਦੇਖਦਾ ਹੀ ਹੈ ਵੀ ਮੈਂ ਆਹ ਕਰ ਲਾਂਗਾ, ਮੈਂ ਆਹ ਕਰ ਲਾਂਗਾ, ਵੀ ਮੈਂ ਚਲੋ ਆਪਣੀ ਪੂੰਜੀ ਆਪਣੇ ਹੱਥੀਂ ਵੈਸੇ ਖੂਹ 'ਚ ਸੁੱਟ ਰਿਹਾ ਸੀ। ਸੁਪਨੇ ਤਾਂ ਸਭ ਦੇ ਹੁੰਦੇ ਨੇ ਜੀ, ਵੀ 4 ਮਹੀਨਿਆਂ 'ਚ ਡਬਲ ਹੋ ਜਾਂਦੇ ਆ, ਵੀ ਫਿਰ 3 ਲੱਖ ਦਾ 6 ਹੋਜੂ, 6 ਦਾ 12 ਹੋਜੂ, 12 ਦਾ 24 ਹੋਜੂਗਾ, ਮਤਲਬ ਕਰੋੜਾਂ ਦੇ ਸੁਪਨੇ ਦਿਖਾਉਂਦੇ ਆ। ਬਸ ਸਰ ਜੀ, ਹੁਣ ਫਿਰ ਵੇਖੀ ਜਾਏਗੀ, ਹੁਣ ਜਿਵੇਂ ਲੋਨ ਚੱਕਣਾ ਹੈਗਾ ਤਾਂ ਫਿਰ ਕਿਸ ਤਰ੍ਹਾਂ ਸੈਟਿੰਗ ਕਰਕੇ ਭਰਾਂਗੇ ਹੀ ਲੋਨ ਜੀ। ਵਗੈਰਾ ਕਰਦੇ ਸੀ? ਨਹੀਂ ਨਹੀਂ ਜੀ, ਇਹ ਚੈੱਕ ਹੈ ਜੀ, ਇਹ ਉਹਨੇ ਮੈਨੂੰ ਚੈੱਕ ਦਿੱਤਾ, ਜਿਹੜਾ ਚੈੱਕ ਦਿੱਤਾ ਇਹ ਚੈੱਕ ਲਾਇਆ, ਉਸ ਤੋਂ ਬਾਅਦ ਇਹ ਬਾਉਂਸ ਹੋਇਆ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਗਿਆ, ਉਹਨਾਂ ਨੇ ਨੋਟਿਸ ਭੇਜਿਆ, ਇਸ ਐਡਰੈਸ 'ਤੇ ਉਹ ਰਹਿ ਹੀ ਨਹੀਂ ਰਿਹਾ। ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ, ਇਸ ਵਕਤ ਅਸੀਂ ਪਟਿਆਲਾ ਦੇ SSP ਦਫ਼ਤਰ ਵਿਖੇ ਮੌਜੂਦ ਹਾਂ, ਜਿੱਥੇ ਲੋਕ ਜਿਹੜੇ ਨੇ ਪਟਿਆਲਾ ਦੇ ਉਹ ਵੱਡੀ ਠੱਗੀ ਦਾ ਸ਼ਿਕਾਰ ਹੋਏ ਨੇ। ਦੱਸ ਦਈਏ ਕਿ ਲੋਕਾਂ ਨੂੰ ਲਾਲਚ ਹੋ ਗਿਆ ਸੀਗਾ ਕਿ 100 ਦਿਨਾਂ ਦੇ ਵਿੱਚ ਪੈਸੇ ਡਬਲ ਹੋ ਜਾਣਗੇ, ਲੇਕਿਨ ਲੋਕਾਂ ਦੇ ਨਾਲ ਜਿਹੜੀ ਹੈ ਠੱਗੀ ਹੋਈ ਹੈ, ਵੱਡੀ ਠੱਗੀ ਹੋਈ ਹੈ ਕਹਿ ਸਕਦੇ ਹਾਂ, ਇੱਕ ਇੱਕ ਬੰਦੇ ਦੇ ਨਾਲ ਕਰੀਬ ਜਿਹੜੀ ਹੈ 10-10, 20-20 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਕੰਪਨੀ ਨੇ ਕੀਤੀ ਹੈ। ਉਹਨਾਂ ਨੇ ਇਹਨਾਂ ਨੂੰ ਕਿਹਾ ਸੀਗਾ ਕਿ 100 ਦਿਨਾਂ ਦੇ ਵਿੱਚ ਤੁਹਾਡੇ ਪੈਸੇ ਜਿਹੜੇ ਨੇ ਡਬਲ ਹੋ ਜਾਣਗੇ, ਜਿਸ ਕਰਕੇ ਇਹਨਾਂ ਲੋਕਾਂ ਨੇ ਆਪਣੇ ਪੈਸੇ ਜਿਹੜੇ ਨੇ ਉਸ ਕੰਪਨੀ ਨੂੰ ਦਿੱਤੇ। ਲੇਕਿਨ ਅੱਜ ਉਹ ਕੰਪਨੀ ਜਿਹੜੀ ਹੈ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਹੈਗੀ, ਉਹਨਾਂ ਦੇ ਜਿਹੜੇ ਮੁਲਾਜ਼ਮ ਸੀਗੇ ਉਹ ਸਾਰੇ ਰਫੂ ਚੱਕਰ ਹੋ ਚੁੱਕੇ ਨੇ। ਲੋਕ ਮੇਰੇ ਨਾਲ ਮੌਜੂਦ ਨੇ, ਤੁਸੀਂ ਤਸਵੀਰ ਦੇਖੋ, ਪਟਿਆਲਾ ਦੀ ਹੈ, SSP ਦਫ਼ਤਰ ਵਿਖੇ ਪਹੁੰਚੇ ਹੋਏ ਨੇ ਸ਼ਿਕਾਇਤ ਦੇਣ ਦੇ ਲਈ, ਤਾਂ ਇਹ ਵੱਡੀ ਠੱਗੀ ਦਾ ਸ਼ਿਕਾਰ ਹੋਏ ਨੇ। ਇੱਕ ਇੱਕ ਬੰਦੇ ਤੋਂ ਜਿਹੜੀ ਹੈ 10-10, 20-20 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਉਸ ਕੰਪਨੀ ਨੇ ਕੀਤੀ ਹੈ। ਤਾਂ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਠੱਗੀ ਦਾ ਸ਼ਿਕਾਰ ਹੋਏ ਨੇ, ਕਿਸ ਤਰ੍ਹਾਂ ਇਹਨਾਂ ਦੇ ਨਾਲ ਠੱਗੀ ਹੋਈ ਹੈ, ਤਾਂ ਗੱਲਬਾਤ ਕਰ ਲੈਂਦੇ ਹਾਂ। ਕੀ ਨਾਮ ਹੈ, ਕਿੱਥੋਂ ਦੇ ਰਹਿਣ ਵਾਲੇ? ਨਾਮ ਸਿੰਘ ਹੈ ਜੀ ਮੇਰਾ, ਨਾਂ ਅਤੇ ਦੂਖਨਿਵਾਰ ਸਾਹਿਬ, ਮੈਂ ਪਾਠੀ ਸਿੰਘ ਆਰਜ਼ੀ ਤੌਰ 'ਤੇ। ਠੀਕ ਹੈ ਜੀ। ਭੁਪਿੰਦਰ ਸਿੰਘ ਹੈ ਜੀ, ਨਾਲ ਉਹਦੇ ਹਰਵਿੰਦਰ ਸਿੰਘ ਜੱਜ, ਵੀ ਜਿਹੜੇ 100 ਦਿਨਾਂ 'ਚ ਜਿਵੇਂ ਤੁਸੀਂ ਦੱਸਿਆ ਵੀ ਪੈਸੇ ਡਬਲ ਕਰ ਦਿੰਦੇ ਨੇ, ਉਹ ਲਾਲਚ ਦੇ ਕੇ ਜਿਵੇਂ ਇੱਕ ਤੋਂ ਅੱਗੇ ਬੰਦੇ ਨੂੰ ਪਤਾ ਲੱਗਾ, ਇੱਕ ਤੋਂ ਅੱਗੇ ਬੰਦੇ ਨੂੰ ਪਤਾ ਲੱਗਾ, ਇੱਕ ਤੋਂ ਅੱਗੇ ਬੰਦੇ ਨੂੰ ਪਤਾ ਲੱਗਾ, ਇਸ ਤਰ੍ਹਾਂ ਪਤਾ ਲੱਗਾ ਵੀ ਉਹਨਾਂ ਨੇ, ਕਈ ਬੰਦਿਆਂ ਨੇ ਵੱਡੀਆਂ ਅਮਾਊਂਟਾਂ ਲਾਈਆਂ, ਮੈਂ ਵੀ ਲਾਈਆਂ, ਉਹ ਬਸ 2 ਕੁ ਕਿਸ਼ਤਾਂ ਉਹਦੇ 'ਚ ਆਈਆਂ, ਉਸ ਤੋਂ ਬਾਅਦ ਉਹ ਬੰਦ ਹੋ ਗਿਆ। ਉਹ ਬੰਦੇ ਦੋਵੇਂ ਹੈ ਇੱਥੇ ਹੀ ਨੇ, ਪਟਿਆਲੇ ਦੇ ਵਿੱਚ ਹੀ ਨੇ, ਕੋਈ ਕਾਰਵਾਈ ਨਹੀਂ ਹੋ ਰਹੀ। ਅੱਜ SSP ਦੇ ਦਫ਼ਤਰ 'ਤੇ ਆ ਕੇ ਸਾਰੇ ਬੰਦਿਆਂ ਨੇ ਦਰਖਾਸਤ ਦਿੱਤੀ ਹੈ, ਉਸ ਤੋਂ ਬਾਅਦ ਦੇਖੋ ਕੀ ਕਾਰਵਾਈ ਹੁੰਦੀ ਹੈ। ਰਾਤ ਗਏ ਸੀ ਉਹਦੇ ਘਰ, ਮੁਲਾਜ਼ਮਾਂ ਨੇ ਫੜਿਆ ਸੀ ਅਤੇ ਉਹਨੂੰ ਕੀਤਾ ਸੀ। 11 ਵਜੇ ਦਾ ਟਾਈਮ ਸੀ ਨਾਜ ਮੰਡੀ ਦੇ ਵਿੱਚ, ਅਸੀਂ ਬਹੁਤ ਬੰਦੇ ਸੀ, ਘੱਟ ਗਏ ਨੇ, ਕੁਛ ਚਲੇ ਗਏ ਨੇ ਕੰਮ 'ਤੇ, ਮੇਰੇ ਹਿਸਾਬ 'ਚ 100 ਬੰਦਾ ਸੀ ਜਿਹੜਾ ਨਾਜ ਮੰਡੀ ਦੇ ਥਾਣੇ ਦੇ ਵਿੱਚ ਸੀ। 11 ਵਜੇ ਤੋਂ ਲੈ ਕੇ ਹੁਣ ਤੱਕ ਉੱਥੇ ਹੀ ਸੀ ਅਸੀਂ। ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ, ਉਸ ਤੋਂ ਬਾਅਦ ਅਸੀਂ ਆ ਕੇ ਇੱਥੇ ਦਰਖਾਸਤ ਟੈਪ ਕਰਕੇ SSP ਦੇ ਦਫ਼ਤਰ ਦਿੱਤੀ ਹੈ। ਠੀਕ ਹੈ। ਕਿੰਨੇ ਦੀ ਠੱਗੀ ਹੋਈ ਹੈ ਤੁਹਾਡੇ ਨਾਲ? ਕਿੰਨੇ ਦਾ ਲਾਲਚ ਦਿੱਤਾ ਸੀਗਾ, ਜਿਸ ਤਰ੍ਹਾਂ 100 ਦਿਨਾਂ ਦੇ ਵਿੱਚ ਕਹਿੰਦੇ ਸੀਗੇ ਪੈਸੇ ਡਬਲ ਹੋ ਜਾਣਗੇ, ਕਿੰਨੇ ਪੈਸੇ ਤੁਸੀਂ ਉਸ ਕੰਪਨੀ ਨੂੰ ਦਿੱਤੇ ਸੀਗੇ? ਮੈਂ ਜੀ 3,25,000 ਦਿੱਤਾ ਸੀ। ਇੰਨੇ ਪੈਸੇ ਦੇਣ ਤੋਂ ਪਹਿਲਾਂ ਸੋਚਿਆ ਨਹੀਂ ਗਾ ਇੱਕ ਵਾਰੀ ਵੀ ਕਿ ਆਪਾਂ ਇੰਨੇ ਪੈਸੇ ਦੇ ਰਹੇ ਹਾਂ, ਆਪਣੀ ਉਹ ਕਮਾਈ ਦੇ ਰਹੇ ਹਾਂ, ਪੂਰੀ ਜਿਹੜੀ ਜ਼ਿੰਦਗੀ ਦੇ ਵਿੱਚ ਕਮਾਈ ਹੈ? ਇਹਦੇ ਵਿੱਚ ਅੱਗੇ ਬੰਦੇ ਸੀ ਜੀ ਪਹਿਲਾਂ ਤੋਂ ਕੰਮ ਕਰ ਰਹੇ ਸੀ, ਉਹ ਕਹਿੰਦੇ ਵੀ ਸਾਨੂੰ ਪ੍ਰੋਫਿਟ ਆ ਰਿਹਾ, ਪ੍ਰੋਫਿਟ ਆ ਰਿਹਾ, ਜਿਵੇਂ ਮੇਰੇ ਕਿਸੇ ਨੇ ਲਵਾਏ ਹੈ, ਬੰਦੇ ਲਵਾਏ, ਉਹ ਪ੍ਰੋਫਿਟ ਆ ਰਿਹਾ ਵੀ ਇਸ ਕਰਕੇ ਵੀ ਮੇਰੀ ਜ਼ਿੰਮੇਦਾਰੀ 'ਤੇ ਲਾਓ ਲਾਓ, ਇਸ ਕਰਕੇ ਲਾਏ।
ਚਲੋ ਲਾਲਚ ਨੂੰ ਲਾਏ ਪਰ ਉਹ ਉਹਨਾਂ ਦੀ ਜ਼ਿੰਮੇਵਾਰੀ 'ਤੇ ਲਾਏ ਜਿਹੜੇ ਵਿੱਚ ਬੰਦੇ ਸੀ ਵੀ ਸਾਡੀ ਜ਼ਿੰਮੇਵਾਰੀ ਹੈ ਕਿਤੇ ਨਹੀਂ ਜਾਂਦੀ ਉਹ ਕੰਪਨੀ ਇੱਦਾਂ ਇਸ ਤਰ੍ਹਾਂ ਐਂ ਕਰਕੇ ਸਾਰੇ ਨੇ ਲਾਏ, ਹੋਰ ਵੀ ਬੰਦੇ ਵੀ ਨੇ ਵਿੱਚ ਜਿਹਨਾਂ ਨੇ ਲਾਏ ਹੋਏ ਨੇ। ਠੀਕ ਹੈ, ਸੁਪਨੇ ਕੀ ਕੁਝ ਦੇਖੇ ਸੀਗੇ ਕਿ ਪੈਸੇ ਡਬਲ ਹੋ ਜਾਣਗੇ 100 ਦਿਨਾਂ ਦੇ ਵਿੱਚ, ਕਿ ਇਹ ਕਰਾਂਗੇ, ਕੀ ਕੁਝ ਦੇਖਿਆ ਸੀਗਾ? ਸੁਪਨੇ ਹੁਣ ਤੁਹਾਨੂੰ ਪਤਾ ਹੀ ਹੈ ਜੀ, ਜਦੋਂ ਬੰਦਾ ਪੈਸੇ ਡਬਲ ਦੇਖਦਾ ਤਾਂ ਉਹਦਾ ਸੁਪਨਾ ਦੇਖਦਾ ਹੀ ਹੈ ਵੀ ਮੈਂ ਆਹ ਕਰ ਲਾਂਗਾ, ਮੈਂ ਆਹ ਕਰ ਲਾਂਗਾ, ਵੀ ਮੈਂ ਚਲੋ ਆਪਣੀ ਪੂੰਜੀ ਆਪਣੇ ਹੱਥੀਂ ਵੈਸੇ ਖੂਹ 'ਚ ਸੁੱਟ ਰਿਹਾ ਸੀ, ਪਰ ਇਹ ਨਹੀਂ ਸੀ ਪਤਾ ਵੀ ਐਂ ਚੀਜ਼ ਹੋ ਜਾਏਗੀ। ਠੀਕ ਹੈ ਕਿ ਨਹੀਂ, ਆਪਣੇ ਹੱਥੀਂ ਮਤਲਬ ਆਪਣੀ ਪੂੰਜੀ ਖੂਹ 'ਚ ਹੀ ਸੁੱਟੀ ਹੈ, ਕੋਈ ਉਹਦੇ 'ਚੋਂ ਡਬਲ ਨਹੀਂ ਹੋਏ, 2 ਕਿਸ਼ਤਾਈਆਂ ਨੇ, ਉਸ ਤੋਂ ਬਾਅਦ ਬੰਦ ਹੈ। ਹੋਰ ਵੀ ਬੰਦੇ ਨੇ ਸਾਡੇ ਨਾਲ, ਸਰਦਾਰ ਰਣਜੀਤ ਸਿੰਘ ਜੀ ਵੀ ਸਾਡੇ ਨਾਲ ਨੇ। ਸਿੰਪਲ ਹੋਰ ਲੋਕ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਇਹ ਕਿਸ ਤਰ੍ਹਾਂ ਠੱਗੀ ਹੋਈ ਸੀ ਤੁਹਾਡੇ ਨਾਲ, ਕਿਸ ਤਰ੍ਹਾਂ ਹੋਈ ਹੈ, ਕਿੰਨੇ ਕੁ ਪੈਸੇ ਤੁਹਾਡੇ ਤੋਂ ਠੱਗ ਲਏ ਨੇ ਉਹਨਾਂ ਨੇ ਕੰਪਨੀ? ਸਾਡੇ ਨਾਲ ਤਕਰੀਬਨ ਘੱਟ ਤੋਂ ਘੱਟ ਵੀ 3000 ਬੰਦਾ ਹੋਣਾ, ਪਰ ਜਿਹੜੇ ਮੇਨ ਬੰਦੇ ਨੇ ਸਾਡੇ ਹੈਗੇ ਜੀ, ਕਿਸੇ ਦਾ 3 ਲੱਖ ਹੈ, ਮੇਰਾ ਖੁਦ ਦਾ 3 ਲੱਖ ਸੀਗਾ, ਅਤੇ ਕਿਸੇ ਦਾ 5 ਲੱਖ ਹੈ, ਕਿਸੇ ਦਾ 10 ਲੱਖ ਹੈ, ਕਿਸੇ ਦਾ 20 ਲੱਖ ਹੈ, ਇੱਦਾਂ ਸਾਰਿਆਂ ਨਾਲ ਠੱਗੀ ਹੋਈ ਹੋਈ ਹੈ। ਹੈਗੀ ਕਰੋੜ ਓਇਲ ਟ੍ਰੇਡਿੰਗ ਕੰਪਨੀ ਖੋਲ੍ਹੀ ਸੀ ਇਹਨਾਂ ਨੇ, ਭੁਪਿੰਦਰ ਸਿੰਘ ਪਟਿਆਲੇ ਦੇ ਨਾਲ ਹੈ, ਦਰਸ਼ਨ ਸਿੰਘ ਨਗਰ ਦੇ ਵਿੱਚ ਰਹਿ ਰਿਹਾ, ਹੁਣ ਵੀ ਰਹਿ ਰਿਹਾ, ਥੋੜ੍ਹੇ ਦਿਨ ਫਰਾਰ ਸੀ ਪਰ ਰਾਤ ਆ ਗਿਆ ਸੀ ਉਹ, ਅਤੇ ਰਾਤ ਪੁਲਿਸਾਂ ਨੇ ਰੇਡ ਵੀ ਮਾਰੀ ਸੀ, ਪਤਾ ਨਹੀਂ ਕਿਹਨੇ ਕੀਤੀ ਕੰਪਲੇਂਟ, ਅਤੇ ਰਾਤ ਉਹਨਾਂ ਨਾਲ ਅੰਦਰ ਬਹਿ ਕੇ ਕੋਈ ਸੈਟਿੰਗ ਕੀਤੀ ਹੈ। ਉਹ ਜਿਹੜੇ ਬੰਦਿਆਂ ਨੇ ਸਾਨੂੰ ਬੁਲਾਇਆ ਸੀ ਇੱਥੇ ਅਨਾਜ ਮੰਡੀ, ਉਹ ਬੰਦੇ ਵੀ ਨਹੀਂ ਆਏ ਅਤੇ ਨਾਲੇ ਪੁਲਿਸ ਵਾਲੇ ਵੀ ਨਹੀਂ ਮਿਲੇ ਹੈਗੇ, ਅਤੇ ਹੁਣ ਅਸੀਂ ਚਾਹੁੰਦੇ ਹਾਂ ਵੀ ਸਾਰਿਆਂ ਦੇ ਪੈਸੇ, ਅਸੀਂ ਕਹਿੰਦੇ ਪੂਰੇ ਪੂਰੇ ਜਿੰਨੇ ਦਿੱਤੇ ਆ ਸੀ ਉਨੇ ਹੀ ਸਾਡੇ ਦਿੱਤੇ ਜਾਣ, ਉਹੀ ਬਹੁਤ ਹੈ ਜੀ। ਜਿਸ ਤਰ੍ਹਾਂ ਤੁਹਾਨੂੰ ਕੀ ਕੁਝ ਸੁਪਨੇ ਦੇਖ ਲਏ ਸੀਗੇ, 100 ਦਿਨਾਂ ਦੇ ਵਿੱਚ ਪੈਸੇ ਡਬਲ ਹੋ ਜਾਣਗੇ, 3 ਲੱਖ ਰੁਪਇਆ ਤੁਸੀਂ ਦੇ ਤਾ, ਆਪਣੀ ਕਮਾਈ ਸਾਰੀ ਦੇ ਤੀ, ਵੀ ਕੀ ਕੁਝ ਦੇਖਿਆ ਸੀਗਾ ਕਿ ਜਦੋਂ ਪੈਸੇ ਡਬਲ ਹੋ ਕੇ ਆਉਣਗੇ ਵੀ ਇਹ ਕਰਾਂਗੇ ਜਾਂ ਬੱਚਿਆਂ ਦੇ ਲਈ ਇਹ ਕਰਾਂਗੇ? ਸੁਪਨੇ ਤਾਂ ਸਭ ਦੇ ਹੁੰਦੇ ਨੇ ਜੀ, ਵੀ 4 ਮਹੀਨਿਆਂ 'ਚ ਡਬਲ ਹੋ ਜਾਂਦੇ ਆ, ਵੀ ਫਿਰ 3 ਲੱਖ ਦਾ 6 ਹੋਜੂ, 6 ਦਾ 12 ਹੋਜੂ, 12 ਦਾ 24 ਹੋਜੂਗਾ, ਮਤਲਬ ਕਰੋੜਾਂ ਦੇ ਸੁਪਨੇ ਦਿਖਾਉਂਦੇ ਆ ਇਹ ਕੰਪਨੀ, ਦਿਖਾਉਂਦੀ ਆ ਤਕਰੀਬਨ। ਅਤੇ ਬਾਕੀ ਤੁਹਾਨੂੰ ਪਤਾ ਵੀ ਸਾਰੇ ਸੋਚਦੇ ਵੀ ਮੈਂ ਗੱਡੀ ਵੀ ਲੈਣੀ ਆ, ਕੋਠੀ ਵੀ ਲੈਣੀ ਆ, ਬੱਚਿਆਂ ਦੇ ਵਿਆਹ ਵੀ ਕਰਨੇ ਆ, ਸਾਰੇ ਸੁਪਨੇ, ਪਰ ਸੁਪਨੇ ਸਾਰੇ ਮਲੀਆਂ ਮੇਟੀ ਹੋ ਗਏ। ਪਰਿਵਾਰ ਵਾਲੇ ਕਹਿੰਦੇ ਨਹੀਂ ਹੈਗੇ ਕਿ ਵੀ ਤੁਸੀਂ ਪਹਿਲਾਂ ਦੇਖਣਾ ਸੀਗਾ? ਪਰਿਵਾਰ ਵਾਲੇ ਤਾਂ ਕਾਫੀ ਬੋਲਦੇ ਹੁੰਦੇ ਨੇ ਕਿ ਵੀ ਤੂੰ ਦੇਖਿਆ ਨਹੀਂ ਹੈਗਾ ਪਹਿਲਾਂ, ਵੀ ਤੂੰ ਸਾਰੇ ਪੈਸੇ ਡਬੋਇਆ ਆ, ਜ਼ਿੰਦਗੀ ਦੀ ਮਿਹਨਤ ਦਬੋਤੀ ਸਾਰੀ? ਨਹੀਂ, ਪਰਿਵਾਰ ਵਾਲੇ ਤਾਂ ਦੇਖੋ ਸਾਰੇ ਕਹਿੰਦੇ ਹੁੰਦੇ ਨੇ ਹੈ ਨਾ, ਵੀ ਹੁਣ ਇਹ ਥੋੜ੍ਹੇ ਵੀ ਪਰਿਵਾਰ ਦੇ ਘਰੋਂ ਕੱਢ ਦੇਣਗੇ, ਜੇ ਘਰੋਂ ਕੱਢ ਦੇਣਗੇ ਫਿਰ ਵੀ ਸੰਤੁਸ਼ਟੀ ਹੋਵਾਂਗੇ, ਸੋ ਇਸ ਕਰਕੇ ਵੀ ਹੁਣ ਜਿਵੇਂ ਚੱਲਦਾ ਹੁਣ ਚੱਲੀ ਜਾਂਦਾ। ਹੁਣ ਤੁਸੀਂ SSP ਦਫ਼ਤਰ ਆਏ ਹੋ, ਕੀ ਇਹ ਵਿਸ਼ਵਾਸ ਦਿੱਤਾ ਉਹਨਾਂ ਨੇ? ਉਹ ਐਪਲੀਕੇਸ਼ਨ ਉਹਨਾਂ ਨੇ ਲੈ ਲਈ ਜੀ, ਉਹ ਮਾਰਕ ਕਰਦੇ ਆ, ਜੋ ਥਾਣੇ 'ਚ ਜਾਂਦੀ ਫਿਰ ਦੇਖਦੇ ਆ ਵੀ ਕੀ ਕਰਦੇ ਆ। ਤਾਂ ਬਿਲਕੁਲ, ਇੱਥੇ ਹੋਰ ਲੋਕ ਨੇ, ਉਹਨਾਂ ਨਾਲ ਜਾਣਦੇ ਹਾਂ ਜਿਸ ਤਰ੍ਹਾਂ ਕੀ ਹੋਇਆ ਸੀਗਾ, ਕਦੋਂ ਪੈਸੇ ਦਿੱਤੇ ਤੁਸੀਂ, ਕਿੰਨੇ ਪੈਸੇ ਸੀ? ਮੈਂ ਜੀ ਇਹ ਆਪਣਾ 1,36,000 ਰੁਪਇਆ ਲਾਇਆ ਸੀ, ਜੱਜ ਕਹਿੰਦੇ ਸੀ ਅਤੇ ਮਤਲਬ ਸਾਨੂੰ ਕਹਿੰਦੇ ਸੀ ਵੀ ਅਸੀਂ ਤੁਹਾਡੇ ਡਬਲ ਕਰਦੇ, ਸਾਡੀ ਜ਼ਿੰਮੇਵਾਰੀ ਹੈਗੀ ਹੈ। ਅਤੇ ਅਸੀਂ ਉਹਦੇ ਵਿੱਚ ਆਣ ਕੇ ਦੁਖਨਿਵਾਰ ਸਾਹਿਬ ਅਪਰ ਸਿੰਘ ਕੋਲ ਵੀ ਮਤਲਬ ਜਿਹੜੀ ਸਾਡੀ ਲੈਨ 'ਚ ਅਪ ਲੈਨ ਹੈ, ਅਤੇ ਇਹਨਾਂ ਸਾਰਿਆਂ ਕਿਹਾ ਕਹਿੰਦੇ ਵੀ ਚਲੋ ਵੀ ਤੁਸੀਂ, ਅਸੀਂ ਤੁਹਾਨੂੰ ਡਬਲ ਕਰ ਦਿਆਂਗੇ ਵੀ ਤੁਸੀਂ ਲਾ ਦਿਓ। ਅਤੇ ਅਸੀਂ ਉਹਦੇ ਵਿੱਚ ਆਣ ਕੇ ਅਤੇ ਮਤਲਬ ਵੀ ਅਸੀਂ ਪੈਸੇ ਲਾਤੇ ਹੈਗੇ 1,36,000 ਰੁਪਈਆ। ਤੁਸੀਂ ਫਿਲਮ ਨਹੀਂ ਦੇਖੀ ਸੀਗੀ ਫਿਰ ਹੇਰਾ ਫੇਰੀ ਜਿਹ 'ਚ, ਉਸ ਤਰ੍ਹਾਂ ਕੰਪਨੀ ਦੇ ਵਿੱਚ ਪੈਸੇ ਲਗਾਉਂਦੇ ਨੇ ਬਾਅਦ 'ਚੋਂ ਕੰਪਨੀ ਉਹ ਗੈਪ ਹੋ ਜਾਂਦੀ ਹੈ ਵੀ ਕਿੱਥੇ ਗਈ, ਉਹ ਦੇਖੀ ਨਹੀਂ ਸੀਗੀ ਤੁਸੀਂ ਸੋਸ਼ਲ ਮੀਡੀਆ ਦੇਖਦੇ ਨਹੀਂ ਕਿ ਅੱਜ ਕੱਲ੍ਹ ਠੱਗੀਆਂ ਆਉਂਦੀਆਂ ਲੋਕਾਂ ਨੇ? ਨਹੀਂ ਜੀ, ਨਹੀਂ ਦੇਖੀ ਨਹੀਂ ਮੈਂ ਜੀ, ਮੈਂ ਝੂਠ ਨਹੀਂ ਬੋਲਦਾ ਹੈਗਾ ਜੀ, ਪਰ ਕੀ ਪਤਾ ਇਹ 'ਚ ਸੋਚਿਆ ਸੀ ਡਬਲ ਹੋ ਜਾਣਗੇ ਸਾਡੇ ਪੈਸੇ, ਵੀ ਚੱਲ ਆਪਣਾ ਬੰਦਾ ਸੁਪਨਾ ਹੁੰਦਾ ਹੈਗਾ, ਅਤੇ ਮੈਂ ਤਾਂ ਸਗੋਂ ਲੋਨ ਚੱਕ ਕੇ ਪੈਸੇ ਲਾਏ ਨੇ ਸਗੋਂ, ਅਤੇ ਮੈਨੂੰ ਇਹ ਕੀ ਪਤਾ ਸੀ ਵੀ ਇਹ ਕੰਪਨੀ ਭੱਜ ਜਾਏਗੀ, ਫਰੋਡ ਹੋ ਜਾਏਗੀ, ਨਿਕਲ ਜਾਏਗੀ। ਹੁਣ ਫਿਰ ਲੋਨ ਕਿਸ ਤਰ੍ਹਾਂ ਭਰੋਗੇ ਤੁਸੀਂ ਫਿਰ, ਜਿਹੜਾ ਤੁਸੀਂ ਲੋਨ ਚੱਕ ਕੇ ਪੈਸੇ ਲਗਾਤੇ ਨੇ ਕਰਜ਼ਾ ਚੁੱਕ ਕੇ? ਬਸ ਸਰ ਜੀ ਹੁਣ ਫਿਰ ਵੇਖੀ ਜਾਏਗੀ, ਹੁਣ ਜਿਵੇਂ ਲੋਨ ਚੱਕਣਾ ਹੈਗਾ ਤਾਂ ਫਿਰ ਕਿਸ ਤਰ੍ਹਾਂ ਸੈਟਿੰਗ ਕਰਕੇ ਭਰਾਂਗੇ ਲੋਨ ਜੀ। ਜੈਸੇ ਉਹਨੇ ਕਿਹਾ ਕੀ ਕੁਛ ਸੀਗਾ, ਭੁਪਿੰਦਰ ਸਿੰਘ ਹਰਵਿੰਦਰ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਕੰਪਨੀ ਨੂੰ ਚਲਾਉਂਦੇ ਸੀਗੇ, ਕਹਿੰਦੇ ਕੀ ਕੁਛ ਸੀਗੇ ਤੁਹਾਨੂੰ, ਕੀ ਕੁੱਲ ਲਾਲਾ ਦਿੰਦੇ ਸੀਗੇ ਜਦੋਂ ਸਾਹਮਣੇ? ਉਸ ਆਪਣੀ ਪੂਰੀ ਜ਼ਿੰਮੇਵਾਰੀ ਚੱਕਦੇ ਸੀ, ਕਹਿੰਦੇ ਵੀ ਅਸੀਂ ਇਹਨੂੰ ਚੈੱਕ ਵੀ ਦਿੰਦੇ ਸੀ ਅਤੇ ਆਪਣਾ ਵੀ ਤੁਹਾਨੂੰ ਡਬਲ ਸਾਡੀ ਜ਼ਿੰਮੇਵਾਰੀ ਹੈ। ਉਹਦੇ ਵਿੱਚ ਭੁਪਿੰਦਰ ਸਿੰਘ ਅਤੇ ਆਪਣਾ ਹਰਵਿੰਦਰ ਸਿੰਘ ਜੱਜ
ਉੱਥੇ ਸੰਗਤਾਂ ਨੇ ਬੰਦਿਆਂ ਨੂੰ ਵੀ ਉਹਨਾਂ ਨੇ ਇੱਥੇ ਦੁਖਨਿਵਾਰਨ ਸਾਹਿਬ ਦੇ ਆਣ ਕੇ ਜਿਹੜੇ ਅੰਮ੍ਰਿਤ ਵੇਲੇ ਆਣ ਕੇ ਉਹਨਾਂ ਨੂੰ ਵੀ ਲਾਇਆ ਹੈਗਾ, ਉਹਨਾਂ ਨੂੰ ਵੀ ਜਿਹਨਾਂ ਨੂੰ ਵੀ ਕਾਫੀ ਲਾਲਚ ਦਿੱਤਾ ਹੈਗਾ ਵੀ ਕਹਿੰਦੇ ਨੇ ਵੀ ਅਸੀਂ ਮਤਲਬ ਵੀ ਤੁਹਾਡਾ ਤੁਸੀਂ ਪੈਸੇ ਲਾ ਦਿਓ ਵੀ ਇਹਦੇ ਡਬਲ ਪੈਸੇ ਦੇਵਾਂਗੇ ਤੁਹਾਨੂੰ, ਅਤੇ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਜੱਜ ਵੀ ਸਾਨੂੰ ਮਤਲਬ ਅੱਗੇ ਗੱਲ ਨਹੀਂ ਕਰ ਰਿਹਾ ਸਾਡੇ ਨਾਲ ਕਿਸੇ ਨਾਲ ਵੀ, ਅਤੇ ਸੰਗਤ ਤੋਂ ਪਰਾ ਦੂਰ ਹੋ ਰਿਹਾ ਹੈਗਾ, ਸੰਗਤ ਦੇ ਬੰਦੇ ਵੀ ਕਾਫੀ ਦੁਖਨਿਵਾਰ ਦੇ ਲੱਗੇ ਹੋਏ ਨੇ। ਕੀ ਕੁਛ ਸੁਪਨੇ ਦੇਖੇ ਸੀਗੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਰਜ਼ਾ ਚੁੱਕ ਲਿਆ ਤੁਸੀਂ, ਹੈ ਨਾ, ਕਰਜ਼ਾ ਚੁੱਕ ਕੇ ਪੈਸੇ ਲਗਾ ਤੇ ਵੀ ਡਬਲ ਹੋ ਜਾਣਗੇ, ਇਹ ਕਰਾਂਗੇ, ਕੀ ਕੁਛ ਕਰਨਾ ਸੀਗਾ ਉਹਨਾਂ ਪੈਸਿਆਂ ਦਾ? ਨਹੀਂ ਦੇਖੋ ਜੀ, ਕਰਜ਼ਾ ਚੱਕ ਕੇ ਤਾਂ ਦੇਖੋ ਜੀ ਬੰਦੇ ਨੂੰ, ਹਰੇਕ ਨੂੰ ਬੰਦੇ ਨੂੰ ਹੁੰਦਾ ਹੈਗਾ ਵੀ ਮੈਂ ਕੁਛ ਵੀ ਚਲੋ ਜੋ ਅੱਜ ਲੱਖ ਲਾਇਆ, 2 ਲੱਖ ਹੋ ਜੇ, 2 ਤੋਂ 4 ਬਣ ਜੇ, 6 ਬਣ ਜੇ, ਹਰੇਕ ਦੀ ਬੰਦੇ ਦੀ ਆਪਣੀ ਹੁੰਦੀ, ਮੇਰੇ ਕੋਲ ਗੱਡੀ ਹੋਵੇ, ਘਰ ਹੋਵੇ, ਚੱਲ ਮਾੜਾ ਮੋਟਾ ਹੋਵੇ, ਚਲੋ ਵੀ ਕਿਸੇ ਤਰ੍ਹਾਂ ਡਬਲ ਹੋ ਕੇ ਵੀ ਮੇਰੇ ਪੈਸੇ ਬਣ ਜਾਣੇ ਹੈਗੇ। ਤੁਹਾਨੂੰ ਕੁਝ ਦਿੰਦੇ ਨਹੀਂ ਸੀਗੇ ਵੀ ਤੁਸੀਂ ਇਹ ਰੱਖੋ ਸਾਡੀ ਜਿਵੇਂ ਇਮਾਨਤ ਵਗੈਰਾ ਦਿੰਦੇ ਸੀਗੇ ਕੁਝ ਵੀ ਪੈਸਿਆਂ ਦੀ ਜਗ੍ਹਾ ਤੇ ਚੈੱਕ ਵਗੈਰਾ ਜੇ ਦੇਣੇ ਜਾਂ ਕੋਈ ਕਾਗਜ਼ ਐਵੀਡੈਂਸ ਜਾਂ ਹੁੰਦਾ ਸੀਗਾ ਤੁਹਾਡੇ ਕੋਲ ਕੁਝ ਵੀ ਅਸੀਂ ਪੈਸੇ ਦਿੱਤੇ? ਨਹੀਂ ਜੀ, ਕਿਸੇ ਮੈਨੂੰ ਕਿਸੇ ਨੂੰ ਚੈੱਕ ਨਹੀਂ ਜੀ, ਦੇਖੋ ਜੀ ਮੈਂ ਤਾਂ ਚੈੱਕ ਲਿਆ ਨਹੀਂ ਹੈਗਾ, ਨਾਲ ਤੇ ਬੰਦੇ ਨੇ ਚੈੱਕ ਲਿਆ ਸੀ ਜੀ, ਉਹ ਵੀ ਮਤਲਬ ਉਸ ਮਤਲਬ ਕਲੋਨੀ ਦਾ ਨਹੀਂ ਹੈਗਾ, ਕਿਸੇ ਹੋਰ ਕੰਪਨੀ ਦਾ ਹੈਗਾ, ਮਤਲਬ ਫਰੋਡ ਤੱਕ ਫਰੋਡ ਕਰਿਆ ਹੈਗਾ ਜੀ, ਉਹ ਵੀ ਚੈੱਕ ਕਰਾਇਆ ਹੈਗਾ, ਅਤੇ ਬਾਕੀ ਸਾਨੂੰ ਲਾਲਚ ਦੇ ਕੇ ਇਸ ਕੰਪਨੀ ਦੇ ਵਿੱਚ ਸਾਨੂੰ ਲਾਇਆ ਹੈਗਾ। ਪਰਿਵਾਰ ਵਾਲੇ ਕੀ ਕਹਿੰਦੇ ਨੇ ਫਿਰ? ਦੇਖੋ ਜੀ ਪਰਿਵਾਰ ਵਾਲੇ ਤਾਂ ਜਦੋਂ ਦੱਸਾਂਗੇ ਤਾਂ ਫਿਰ ਉਹ ਤਾਂ ਕੁਛ ਕਹਿਣਗੇ ਜੀ, ਫਿਰ ਕੀ ਕਰੀਏ ਹੁਣ, ਫਿਰ ਕੁਛ ਤਾਂ ਕੁਛ ਹੁਣ ਕਰਨਾ ਪਊਗਾ ਜੀ ਹੁਣ। ਬਿਲਕੁਲ, ਇੱਥੇ ਹੋਰ ਲੋਕ ਨੇ ਇਹ ਪਹੁੰਚੇ ਹੋਏ ਨੇ ਬਜ਼ੁਰਗ, ਤੁਸੀਂ ਦੇਖ ਰਹੇ ਹੋ, ਕੀ ਨਾਮ ਹੈ ਜੀ, ਕਿੱਥੋਂ ਰਹਿਣ ਵਾਲੇ ਹੋ ਤੁਸੀਂ? ਕਰਮ ਸਿੰਘ ਮੇਰਾ ਨਾਮ ਹੈ, ਛੱਤਾਂ ਨਾਲ ਮੁੰਡਾ ਮੈਂ ਰਹਿਣ ਵਾਲਾ ਜੀ। ਕਿੰਨੇ ਪੈਸੇ ਦੀ ਠੱਗੀ ਹੋਈ ਹੈ ਤੁਹਾਡੇ ਨਾਲ, ਕਿਸ ਤਰ੍ਹਾਂ ਲਿੱਤੇ ਸੀਗੇ ਇਹਨਾਂ ਨੇ? ਮੇਰੇ ਨਾਲ ਤਕਰੀਬਨ 1.25 ਲੱਖ ਰੁਪਏ ਦੀ ਠੱਗੀ ਹੋਈ ਹੈ ਜੀ। ਕਿਸ ਤਰ੍ਹਾਂ ਲੈ ਕੇ ਗਏ ਸੀਗੇ ਤੁਹਾਡੇ ਤੋਂ ਪੈਸੇ? ਕੈਸ਼ ਲੈਂਦੇ ਸੀ ਜੀ। ਕੀ ਕੁਝ ਕਹਿੰਦੇ ਹੁੰਦੇ ਸੀਗੇ, ਕਿਸ ਤਰ੍ਹਾਂ ਲਾ ਦਿੰਦੇ ਸੀਗੇ? ਜਿਹੜਾ ਪੈਸਾ 100 ਦਿਨਾਂ 'ਚ ਦੁੱਗਣਾ ਹੋ ਜਾਏਗਾ, ਹਫ਼ਤੇ 'ਚ 5 ਦਿਨ ਉਹ ਪੈਸੇ ਦਿੰਦੇ ਸੀ। ਹਾਂਜੀ, ਕੀ ਕੁਛ ਸੁਪਨੇ ਦੇਖੇ ਸੀਗੇ ਕਿ ਪੈਸੇ ਡਬਲ ਹੋ ਜਾਣਗੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਲੱਖਾਂ ਰੁਪਏ ਤੁਸੀਂ ਲਗਾ ਤੇ ਇਸ ਕੰਪਨੀ ਦੇ ਉੱਪਰ ਕਿ ਪੈਸੇ ਡਬਲ ਹੋ ਜਾਣਗੇ, ਕੀ ਕੁਛ ਸੁਪਨੇ ਦੇਖ ਲਏ ਸੀਗੇ ਵੀ ਅਸੀਂ ਇਹ ਕਰਾਂਗੇ ਅੱਗੇ? ਸੁਪਨੇ ਤਾਂ ਸਾਰੇ ਰਹਿੰਦੇ ਆ ਜੀ, ਸੁਪਨਾ ਦਾ ਇਹ ਸੀ ਸਾਡੇ ਜਿਹੜਾ ਪਹਿਲਾਂ ਕੋਈ ਘਾਟੇ ਪਏ ਹੋਏ ਆ ਉਹ ਦੂਰ ਹੋ ਜਾਣਗੇ, ਪਰ ਇਹ ਨਹੀਂ ਪਤਾ ਸੀ ਉਹ ਘਾਟਾ ਹੀ ਜਿਹੜਾ ਦੁੱਗਣਾ ਹੋ ਜਾਏਗਾ। ਅਸੀਂ ਆਪਣਾ ਘਾਟਾ ਮਤਲਬ ਪੂਰਾ ਕਰਨ ਲਈ ਹੋਰ ਪੈਸੇ ਲਾਏ ਅਤੇ ਉਹ ਵੀ ਫਿਰ ਡੁੱਬ ਗਏ। ਜਿਸ ਤਰ੍ਹਾਂ ਤੁਹਾਡੇ ਹੱਥ 'ਚ ਕਾਗਜ਼ ਦਿਖ ਰਹੇ ਨੇ, ਕੋਈ ਇਹ ਮਤਲਬ ਬਿਆਨਾ ਵਗੈਰਾ ਕਰਦੇ ਸੀਗੇ? ਨਹੀਂ ਨਹੀਂ ਜੀ, ਇਹ ਚੈੱਕ ਹੈ ਜੀ, ਇਹ ਉਹਨੇ ਮੈਨੂੰ ਚੈੱਕ ਦਿੱਤਾ, ਜਿਹੜਾ ਚੈੱਕ ਦਿੱਤਾ ਇਹ ਚੈੱਕ ਲਾਇਆ, ਉਸ ਤੋਂ ਬਾਅਦ ਇਹ ਬਾਉਂਸ ਹੋਇਆ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਗਿਆ, ਉਹਨਾਂ ਨੇ ਨੋਟਿਸ ਭੇਜਿਆ, ਇਸ ਐਡਰੈਸ 'ਤੇ ਉਹ ਰਹਿ ਹੀ ਨਹੀਂ ਰਿਹਾ। ਅੱਛਾ, ਇਸ ਐਡਰੈਸ 'ਤੇ ਰਹਿ ਹੀ ਨਹੀਂ ਰਿਹਾ, ਉਹ ਐਡਰੈਸ ਹੀ ਉਸ ਦਾ ਦਿੰਦਾ ਸੀ ਅਤੇ ਜਿਹੜਾ ਅਕਾਊਂਟ ਉਹਦਾ ਬੰਦ ਹੋਇਆ ਸੀ, ਚੈੱਕ ਬੁੱਕ ਉਹਦੇ ਕੋਲ ਸੀ, ਉਸੀ ਚੈੱਕ ਬੁੱਕ ਉਹ ਹੀ ਦੇ ਦਿੰਦਾ ਸੀ, ਚੈੱਕ ਬੁੱਕ ਕੱਟ ਕੇ ਵੀ ਆ ਲਓ ਜੀ ਆਹ ਚੈੱਕ ਬੁੱਕ ਹੈ। ਕਈ ਬੰਦਿਆਂ ਕੋਲ ਹੈ, ਮੇਰੇ ਕੋਲ ਜਿਵੇਂ ਇਹਨਾਂ ਨੇ ਨਹੀਂ ਲਿਆ ਨਹੀਂ ਲਿਆ, ਚਲੋ ਮੈਂ ਇਸ ਗੱਲ 'ਤੇ ਲਿਆ ਵੀ ਮੈਨੂੰ ਚੈੱਕ ਚਾਹੀਦਾ, ਆਹ ਚੈੱਕ ਦਿੱਤਾ, ਬਾਉਂਸ ਹੋ ਕੇ ਆਇਆ, ਇੱਧਰ ਅਦਾਲਤ ਦਾ ਨੋਟਿਸ ਲੱਗਾ ਹੋਇਆ, ਇਸ ਐਡਰੈਸ 'ਤੇ ਹੈ ਹੀ ਨਹੀਂ। ਅਤੇ ਜਿਸ ਤਰ੍ਹਾਂ ਤੁਸੀਂ ਜਾਂਚ ਨਹੀਂ ਕੀਤੀ ਇਸਦੀ ਪਹਿਲਾਂ ਕਿ ਐਡੇ ਪੈਸੇ ਤੁਸੀਂ ਦਿੰਦੇ ਪਏ ਹੋ, ਵੀ ਜਾਂਚ ਕਰ ਲਈਏ ਥੋੜ੍ਹੀ ਜਿਹੀ ਵੀ ਇਹ ਹੈ ਕਿਹੜੀ ਕੰਪਨੀ? ਸਾਡੇ ਨਾਲ ਜਿਹੜਾ ਬੰਦਾ ਸੀ ਨਾਲ ਹੀ ਵਰਕ ਕਰਦਾ ਸੀ, ਜਿਵੇਂ ਅਸੀਂ ਪਾਠੀ ਸਿੰਘ ਕਰਦੇ ਹਾਂ, ਅਪਰ ਸਿੰਘ ਜੀ ਦਾ ਇਹਨਾਂ ਨੇ ਨਾਂ ਲਿਆ, ਉਹ ਕਹਿੰਦਾ ਸੀ ਵੀ ਮੇਰੀ ਜ਼ਿੰਮੇਦਾਰੀ ਹੈ, ਕਿਤੇ ਨਹੀਂ ਪੈਸੇ ਜਾਂਦੇ, ਗੋਲਡ ਚਾਂਸ ਹੈ, ਪੈਸੇ ਤੁਹਾਡੇ ਡਬਲ ਹੀ ਹੋਣਗੇ। ਫਿਰ ਅੱਜ ਸਾਰੇ ਪੈਸੇ ਡੁੱਬ ਗਏ ਨੇ, ਕੀ ਮਹਿਸੂਸ ਕਰ ਰਹੇ ਹੋਣ, ਕਿਉਂਕਿ ਪਰਿਵਾਰ ਵੀ ਨੇ ਪਿੱਛੇ? ਹੁਣ ਦੇਖੋ ਜੀ, ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਬੰਦੇ ਦੇ ਪੈਸੇ ਡੁੱਬਦੇ ਨੇ, ਤੁਸੀਂ ਆਪ ਹੀ ਸੋਚ ਲਓ ਵੀ ਉਹ ਕੀ ਮਹਿਸੂਸ ਕਰਦਾ ਹੋਵੇਗਾ, ਵੀ ਤੁਹਾਨੂੰ ਆਪੇ ਹੀ ਪਤਾ ਹੋਣਾ ਚਾਹੀਦਾ। ਤੁਸੀਂ ਵੀ ਦੇਖੋ ਰੋਜ਼ ਦੇ ਰਹਿਣ ਵਾਲੇ ਹੋ, ਤੁਹਾਨੂੰ ਵੀ ਪਤਾ ਵੀ ਜਦੋਂ ਕਿਸੇ ਬੰਦੇ ਦਾ ਨੁਕਸਾਨ ਹੁੰਦਾ ਤਾਂ ਉਹ ਕੀ ਕੋਈ ਬੈਟਰ ਫੀਲ ਤਾਂ ਨਹੀਂ ਕਰਦਾ।
ਉਹ ਇਹੋ ਹੀ ਮਹਿਸੂਸ ਕਰਦਾ ਵੀ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਮੈਂ ਆਪਣੇ ਘਾਟਾ ਪੂਰਾ ਕਰਨਾ, ਬਜ਼ੁਰਗ ਜੀ ਨੇ ਕਿਹਾ ਸੀ, ਉਹ ਡਬਲ ਘਾਟੇ 'ਚ ਚਲੇ ਗਏ। ਮੈਂ ਸੋਚਿਆ ਵੀ ਮੇਰੇ ਪੈਸੇ ਡਬਲ ਹੋ ਰਹੇ ਨੇ, ਮੈਂ ਵੀ ਘਾਟੇ 'ਚ ਗਿਆ, ਠੀਕ ਹੈ ਕਿ ਨਹੀਂ। ਘਰਦਿਆਂ ਨੂੰ ਵੀ ਪਤਾ ਲੱਗਾ, ਉਹ ਅੱਡ ਕਹਿੰਦੇ ਨੇ ਵੀ ਤੁਸੀਂ ਠੀਕ ਵੀ ਕਿਹੜੇ ਚੱਕਰ 'ਚ ਪੈ ਗਏ। ਪਰ ਉਹ ਜਦੋਂ ਹੁਣ ਬੰਦਿਆਂ ਜਿਹੜੇ ਬੰਦੇ ਅੱਗੇ ਹੈਗੇ ਸੀ ਉਹ ਕਹਿੰਦੇ ਸੀ ਵੀ ਸਾਨੂੰ ਸ਼ੁੱਕਰਵਾਰ ਪੈਸੇ ਆਉਂਦੇ ਨੇ, ਆਉਂਦੇ ਵੀ ਸੀ ਪੈਸੇ ਸ਼ੁੱਕਰਵਾਰ, ਉਹਨਾਂ ਨੂੰ ਆਉਂਦੇ ਸੀ, ਉਹਨਾਂ ਨੇ ਦਿਖਾਈਆਂ ਸੀ, ਕਈ ਕਈ ਬੰਦੇ ਮਤਲਬ ਉਹਦੇ ਵਿੱਚ ਸੀ, ਠੀਕ ਹੈ ਕਿ ਨਹੀਂ, ਉਹਦੇ ਲਵਾ ਕੇ ਜੀ। ਉਸ ਤੋਂ ਬਾਅਦ ਜੀ ਆਹ ਦੇਖੋ ਜੀ, ਅਸੀਂ ਬਿਲਕੁਲ ਇਹ ਉਹ ਲੋਕ ਨੇ ਜਿਹੜੇ ਇਸ ਠੱਗੀ ਦਾ ਸ਼ਿਕਾਰ ਹੋਏ ਨੇ, ਲੱਖਾਂ ਕਰੋੜਾਂ ਰੁਪਏ ਦੀ ਠੱਗੀ ਜਿਹੜੀ ਹੈ ਇਹਨਾਂ ਦੇ ਨਾਲ ਹੋਈ ਹੈ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਪਟਿਆਲਾ SSP ਦਫ਼ਤਰ ਤੋਂ, ਜਿੱਥੇ ਕਹਿ ਸਕਦੇ ਹਾਂ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸੀਗੇ, ਬਜ਼ੁਰਗ ਵੀ ਪਹੁੰਚੇ ਹੋਏ ਸੀਗੇ ਜਿਹੜੇ ਇਸ ਠੱਗੀ ਦਾ ਸ਼ਿਕਾਰ ਹੋਏ ਨੇ। ਕੁੱਲ 10-20 ਲੱਖ ਰੁਪਏ ਦੀ ਜਿਹੜੀ ਹੈ ਇੱਕ ਬੰਦੇ ਦੇ ਨਾਲ ਠੱਗੀ ਹੋਈ ਹੈ। ਭੁਪਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ, ਉਹ ਇੱਕ ਕੰਪਨੀ ਚਲਾਉਂਦੇ ਸੀਗੇ ਕਿ 100 ਦਿਨਾਂ ਦੇ ਵਿੱਚ ਪੈਸੇ ਡਬਲ ਹੋ ਜਾਣਗੇ, ਜਿਸ ਨੂੰ ਲੈ ਕੇ ਇਹਨਾਂ ਲੋਕਾਂ ਨੇ ਜਿਹੜਾ ਆਪਣੀ ਜਮਾ ਪੂੰਜੀ ਸੀਗੀ, ਚਾਹੇ ਕਰਜ਼ਾ ਚੁੱਕ ਕੇ ਕਹਿ ਲਈਏ ਕਿ ਉਸ ਕੰਪਨੀ ਦੇ ਉੱਪਰ ਪੈਸੇ ਲਗਾਏ, ਲੇਕਿਨ ਅੱਜ ਉਹ ਕੰਪਨੀ ਜਿਹੜੀ ਹੈ ਕਿਤੇ ਵੀ ਨਜ਼ਰ ਨਹੀਂ ਆ ਰਹੀ ਹੈਗੀ, ਉਹ ਲੋਕ ਨਹੀਂ ਨਜ਼ਰ ਆ ਰਹੇ ਜਿਹੜੇ ਇਹਨਾਂ ਨੂੰ ਅਕਸਰ ਵਾਅਦੇ ਕਰਦੇ ਹੁੰਦੇ ਸੀਗੇ ਕਿ ਸਾਡੀ ਗਰੰਟੀ ਹੈ, ਸਾਡੀ ਜ਼ਿੰਮੇਵਾਰੀ ਹੈ, ਤੁਹਾਡੇ ਪੈਸੇ ਸਾਡੀ ਇਮਾਨਤ ਹੈ। ਲੇਕਿਨ ਅੱਜ ਕਹਿ ਸਕਦੇ ਇਹਨਾਂ ਲੋਕਾਂ ਦੇ ਨਾਲ ਠੱਗੀ ਹੋਈ ਆ, ਉਹੀ ਕੰਮ ਹੋ ਗਿਆ ਜਿਹੜੀ ਆਪਾਂ ਹੇਰਾ ਫੇਰੀ ਫਿਲਮ ਦੇ ਵਿੱਚ ਦੇਖਦੇ ਹੁੰਦੇ ਸੀਗੇ ਕਿ ਉਹ ਕੰਪਨੀ ਦੇ ਵਿੱਚ ਪੈਸੇ ਲਗਾਉਂਦੇ ਨੇ ਤਾਂ ਉਸ ਤੋਂ ਬਾਅਦ ਉਹ ਕੰਪਨੀ ਜਿਹੜੀ ਹੈ ਉੱਥੋਂ ਬਦਲ ਕੇ ਕਿਤੇ ਹੋਰ ਚਲੀ ਜਾਂਦੀ ਹੈ, ਹੋਰ ਲੋਕਾਂ ਨੂੰ ਸ਼ਿਕਾਰ ਬਣਾਉਂਦੀ ਹੈ। ਤਾਂ ਉਸੇ ਤਰ੍ਹਾਂ ਦਾ ਮਾਮਲਾ ਪਟਿਆਲਾ ਦੇ ਵਿੱਚ ਸਾਹਮਣੇ ਆਇਆ। ਤਾਂ SSP ਪਟਿਆਲਾ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਹੈ, ਦੇਖਣਾ ਹੋਵੇਗਾ ਕਿਸ ਤਰ੍ਹਾਂ ਲੋਕਾਂ ਦੇ ਪੈਸੇ ਜਿਹੜੇ ਨੇ ਹੁਣ, ਜਿਹੜੀ ਲੋਕਾਂ ਦੀ ਮਿਹਨਤ ਦੀ ਕਮਾਈ ਹੈ, ਉਹ ਕਿਸ ਤਰ੍ਹਾਂ ਪਟਿਆਲਾ ਪੁਲਿਸ ਵਾਪਸ ਦਿਲਵਾਉਂਦੀ ਹੈ। ਕੈਮਰਾ ਪਰਸਨ ਰਵਿੰਦਰ ਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਣੀ TV ਪਟਿਆਲਾ।